ਨਮਸਕਾਰ ਖਬਰਾਂ ਦੇ ਇਸ ਬਲੂਟਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾਂ ਪੇਸ਼ ਨੇ ਚੁਣੀਆਂ ਖਬਰਾਂ ਮੌਸਮ ਵਿੱਚ ਪਗਨੇ ਚੱਕਰਬਾਤੀ ਵਿਪਰਜੋਏ ਤੂਫਾਨ ਕਾਰਨ ਰਾਜਸਥਾਨ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਪਾਰੀ بارش ਦੀ ਚੇਤਾਵਨੀ ਕੀਤੀ ਜਾ ਰਹੀ ਗੁਜਰਾਤ ਦੇ ਤੂਫਾਨ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਸ਼ੁਰੂ ਖੇਤੀਬਾੜੀ ਦੇ ਕਿਸਾਨ ਪੁਲਾਈ ਮੰਤਰੀ ਨਰਿੰਦਰ ਸਿੰਘ ਤੋਮਨ ਨੇ ਜੀ 20 ਦੇਸ਼ਾਂ ਨੂੰ ਖੇਤੀ ਖੇਤਰ ਦੀਆਂ ਚੁਣੌਤੀਆਂ ਦਾ ਹੱਲ ਮਿਲ ਕੇ ਲੱਭਣ ਦਾ ਦਿੱਤਾ ਸੱਦਾ ਪੰਜਾਬ ਦੇ 7 ਜ਼ਿਲ੍ਹਿਆਂ 'ਚ ਚੋਣਾਂ ਦੀ ਲੁਆਈ ਅੱਜ ਤੋਂ ਸ਼ੁਰੂ ਸਭ ਤੋਂ ਪੁਰਾਣੀ ক্রিকেট ਲੜੀ ਐਸ਼ਜ਼ ਦਾ ਆਗਾਜ਼ ਅੱਜ ਤੋਂ ਬਰਮਿੰਗਮ ਵਿੱਚ ਹੁਣ ਖਬਰਾਂ ਵਿਸਥਾਰ ਨਾਲ ਮੌਸਮ ਵਿਭਾਗ ਨੇ ਚੱਕਰਵਾਤੀ ਵਿਪਰਜੋਏ ਤੂਫਾਨ ਦੇ ਅਸਰ ਤਹਿਤ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਚ ਅੱਜ ਅਤੇ ਪਲਕਲੀ ਤੇਜ਼ ਹਵਾਵਾਂ ਨਾਲ ਪਾਰੀ ਤੋਂ ਬਹੁਤ ਬਾਰੀਬਾਰਿਸ਼ ਲਈ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਅਨੁਸਾਰ ਤੂਫਾਨ ਦੇ ਗੁਜਰਾਤ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਅੱਜ ਸ਼ਾਮ ਦੱਖਣ ਰਾਜਸਥਾਨ ਵਿੱਚ ਡਿਪਰੈਸ਼ਨ ਵਿੱਚ ਬਦਲਣ ਦੀ ਸੰਭਾਵਨਾ ਹੈ ਰਾਹਤ ਕਮਿਸ਼ਨਰ ਅਲੋਕ ਪਾਂਢੇ ਨੇ ਕਿਹਾ ਕਿ ਕਾਚ ਵਿੱਚ tufaan ਦੀ ਗਤੀ 108 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ ਜਦ ਕਿ ਕਟ 2-78 ਕਿਲੋਮੀਟਰ ਪ੍ਰਤੀ ਘੰਟਾ ਰਹੀ ਅਲੋਕ पांडे ਨੇ ਦੱਸਿਆ ਕਿ ਬਿਜਲੀ ਦੇ 20 ਖੰਬੇ ਡਿੱਗ ਪਏ ਨੇ ਤੇ ਕੱਚ ਤੇ ਸੋਰਾਸ਼ਟਰ ਦੇ 900 ਪਿੰਡਾਂ ਵਿੱਚ 524 ਤੋਂ ਵੱਧ ਦਰਖਤ ਡਿੱਗੇ ਨੇ ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰੰਤੂ 23 ਪਸ਼ੂਆਂ ਦੀ ਮੌਤ ਹੋ ਗਈ ਹੈ ਅੱਜ ਤੋਂ ਪ੍ਰਸ਼ਾਸਨ ਨੇ ਰਾਹਤ ਦਾ ਕੰਮ ਤੇਜ਼ ਕਰ ਦਿੱਤਾ ਇਸੇ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤੂਫਾਨ ਦੀ ਸਥਿਤੀ ਬਾਰੇ ਟੈਲੀਫੋਨ ਤੇ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਤੂਫਾਨ ਦੀ ਸਥਿਤੀ ਬਾਰੇ ਖੁਦ ਕੀਆ ਕਰ ਰਹੀ ਨੇ ਤਤੀ ਇਲਾਕਿਆਂ ਤੋਂ तकरीबन 1 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ ਐਨ ਡੀ ਆਰ ਐ ਫਤ ਐਸ ਡੀ ਆਰ ਐਫ ਤੋਂ ਇਲਾਵਾ ਫੌਜ ਨੇ ਵੀ 에ਅਰ ਫੋਰਸ ਇੰਡੀਅਨ ਕੋਸਟ ਗਾਰਡ ਤੇ ਬੀ ਐਸ ਸਿਪ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ ਅਰਬ ਸਾਗਰ ਤੋਂ ਉੱਠਿਆ ਬਿਪਰਜੋਏ ਇਸ ਸਾਲ ਦਾ ਪਹਿਲਾ ਤੂਫਾਨ ਹੈ ਬਿਪਰਜੋਏ ਹੁਣ ਤੱਕ ਦਾ ਸਭ ਤੋਂ ਲੰਮਾ ਤੂਫਾਨ ਬਣ ਚੁੱਕਾ ਹੈ ਇਸ ਦੀ ਜ਼ਿੰਦਗੀ 10 ਦਿਨ 12 ਘੰਟੇ ਦੀ ਹੈ ਖੇਤੀਬਾੜੀ ਤੇ ਕਿਸਾਨ ਪਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਾਰੇ ਦੇਸ਼ਾਂ ਨੂੰ ਖੇਤੀ ਖੇਤਰ ਦੀਆਂ ਚੁਣੌਤੀਆਂ ਦਾ ਹੱਲ ਬੰਨ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ 'ਚ ਖੇਤੀ ਖੇਤਰ ਦੀਆਂ ਸਮੱਸਿਆਵਾਂ ਇੱਕੋ ਤਰ੍ਹਾਂ ਦੀਆਂ ਨੇ ਅਤੇ G20 ਇਹਨਾਂ ਲਈ ਟੁਕਮਾ ਮੰਚ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀਆਂ, ਕਿਸਾਨਾਂ ਤੇ ਸਰਕਾਰੀ ਨੀਤੀਆਂ ਨੂੰ ਫਸਲੀ ਵਿਭਿੰਨਤਾ ਅਤੇ ਜਲਪਾਯੂ ਤਬਦੀਲੀ ਨਾਲ ਨਜਿੱਠਣ ਲਈ ਰਣਨੀਤੀਆਂ ਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਹైదరాబాద్ ਵਿੱਚ G20 ਦੇ ਖੇਤੀ ਮੰਤਰੀਆਂ ਦੀ 3 ਦਿਨ ਤੱਕ ਚੱਲਣ ਵਾਲੀ ਮੀਟਿੰਗ 'ਚ ਵਿਸ਼ਵ ਖੁਰਾਕ ਸੁਰੱਖਿਆ ਅਤੇ ਪੋਸ਼ਣ ਸੁਰੱਖਿਆ, ਜਲਵਾਯੂ ਤਬਦੀਲੀ ਦੀ ਚੁਣੌਤੀ, ਟਿਕਾਊ ਖੇਤੀਬਾੜੀ ਅਤੇ ਖੇਤੀਬਾੜੀ ਚੌੜਤਾ ਦੇ ਯੋਗਦਾਨ ਸਮੇਤ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਜਾਪੇਗਾ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨੂੰ ਪੈਲ ਦਿੱਤੀ ਜਾ ਰਹੀ ਹੈ ਤੇ ਵੱਖ-ਵੱਖ ਫਸਲਾਂ ਦੀਆਂ ਕਿਸਮਾਂ ਵਿਕਸਿਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਕਿਸਮਾਂ ਜਲਵਾਯੂ ਪਰਿਵਰਤਨ ਦੇ ਅਨੁਕੂਲ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਥਾਵਾਂ ਤੇ ਹੋਣ ਵਾਲੀਆਂ G20 ਬੈਕ ਕਰੀਬ 2 ਲੱਖ ਲੋਕ ਭਾਰਤਾਰੇ ਨੇ ਉਹਨਾਂ ਕਿਹਾ ਕਿ ਖੇਤੀਬਾੜੀ ਖੇਤਰ ਨੂੰ ਲੈ ਕੇ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਚੌਥੀ ਮੀਟਿੰਗ ਹైదరాబాద్ ਵਿੱਚ ਹੋ ਰਹੀ ਹੈ ਕੇਂਦਰੀ ਸਿਹਤ ਮੰਤਰੀ ਪ੍ਰੋਫੈਸਰ ਐਸ ਪੀ ਸਿੰਘ ਬਗੇਲ ਨੇ ਨਵੀਂ ਦਿੱਲੀ ਚ ਆਯੋਜਿਤ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਇਨੋਵੇਟਿਵ ਟੀਬੀ ਹੈਲਥ ਟੈਕਨੋਲੋਜੀ ਵਰਕਸ਼ਾਪ ਨੂੰ ਸੰਬੋਧਨ ਕੀਤਾ ਦੋ ਦਿਨਾਂ ਵਰਕਸ਼ਾਪ ਦਾ ਮੰਤਵ ਟੀਬੀ ਦੇ ਮੁਲਾਂਕਣ ਲਈ ਆਧੁਨਿਕ ਸੇ ਟੈਕਨੋਲੋਜੀਆਂ ਨੂੰ ਉਤਸ਼ਾਹਿਤ ਕਰਨਾ ਤੇ ਟੀਬੀ ਖਾਤਮਾ ਪ੍ਰੋਗਰਾਮ ਚ ਉਹਨਾਂ ਨੂੰ ਅਪਣਾਉਣ ਦੇ ਯੋਗ ਬਣਾਉਣਾ ਹੈ ਵਰਕਸ਼ਾਪ ਟੀਬੀ ਇਨੋਵੇਸ਼ਨ ਹੈਲਥ ਟੈਕਨੋਲੋਜੀ ਲਈ ਸਾਂਝਾ ਪਲੇਟਫਾਰਮ ਪ੍ਰਦਾਨ ਕਰੇਗੀ ਜੋ ਬਾਰਾਨਸੀ ਚ ਆਯੋਜਿਤ ਸਟਾਪ ਟੀਬੀ ਸੰਮੇਲਨ ਚ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ ਕੇਂਦਰੀ ਮંત્રી ਨੇ ਕਿਹਾ ਕਿ 2025 ਤੱਕ ਟੀਬੀ ਨੂੰ ਖਤਮ ਕਰਨ ਦਾ ਟੀਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਟੀਬੀ ਦੇ ਕੇਸਾਂ ਤੇ ਸੂਚਨਾਵਾਂ ਵਿੱਚ ਕਾफी ਗਿਰਾਵਟ ਆਈ ਹੈ केन्द्रीय लोग शिकायतों पेंशन बारे राजा जतेंद्र ने नवी दिल्ली अपनी नौ साल की सेवा दौरान पेंशन विभाग के चंगे प्रशासन बारे एक ई बुकलेट जारी की बोलद उन्होंने कहा कि मंत्रालय ने पहली बार पेनशनर लिये डिजिटल लाइफ सर्टिफिकेट स्वीकार किया उन्होंने कहा कि चेहरे की पछाण करने वाली तकनीक की मदद न तो भी सैकंड समय संबंधित बैंक को पहुंचा है उन्होंने कहा कि इसके नतीजे वजू तीह लाख पेंशनर अपने जीवन ਸਰਟੀਫਿਕੇਟ ਡਿਜੀਟਲ ਰੂਪ ਚ ਜਮਾ ਕਰਵਾ ਰਹੀ ਨੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਨਾਲ ਸੇਵਾ ਮੁਕਤ ਕਰਮਚਾਰੀਆਂ ਤੇ ਸੀਨੀਅਰ ਲਾਭਪਾਤਰੀਆਂ ਦਾ ਜੀਵਨ ਸੁਖਾਲਾ ਹੋਇਆ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਪੈਨਸ਼ਨਰਾਂ ਦੀ ਗਿਣਤੀ ਕਾਮਕਾਜੀ ਕਰਮਚਾਰੀਆਂ ਨਾਲੋਂ ਵੱਧ ਹੈ ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦਾ ਤਜਰਬਾ 2047 ਦੇ ਭਾਰਤ ਨਿਰਮਾਣ ਚ ਤਬਦੀਲੀ ਲਿਆਉਣ ਵਾਲਾ ਸਾਬਤ ਹੋਵੇਗਾ ਇਲੈਕਟ੍ਰੋਨਿਕ ਅਤੇ ਸੈਰਮਿਕ ਉਤਪਾਦਾਂ ਅਤੇ ਕਈ ਖੇਤੀ ਉਤਪਾਦਾਂ 'ਚ ਇਸ ਸਾਲ ਮਈ 'ਚ ਪਿਛਲੇ ਸਾਲ ਦੇ ਮੁਕਾਬਲੇ ਨਿਰਯਾਤ ਵਿੱਚ ਵਾਧਾ ਦਰਜ ਕੀਤਾ ਗਿਆ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲਾ ਅਨੁਸਾਰ ਮਈ 2023 ਦੌਰਾਨ ਇਲੈਕਟ੍ਰੋਨਿਕਸ ਉਤਪਾਦਾਂ ਦੇ ਨਿਰਯਾਤ ਵਿੱਚ 73.96% ਦਾ ਵਾਧਾ ਹੋਇਆ। ਜਦਕਿ ਮੋٹے ਅਨਾਜ 'ਮ 67.96% ਮਸਾਲਿਆਂ 'ਚ 49.84% ਅਤੇ ਸੈਰਮਿਕ ਉਤਪਾਦਾਂ 'ਚ 17.36% ਦਾ ਵਾਧਾ ਦਰਜ ਕੀਤਾ ਗਿਆ। ਮੰਤਰਾਲਾ ਨੇ ਕਿਹਾ ਕਿ ਇਸ ਸਾਲ ਮਈ 'ਚ ਬਸਤੂ ਦੀ ਸੇਵਾ ਦਾ કુલ ਨਰੇਯਤ ਲਗਭਗ 60 ਅਰਬ ਡਾਲਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਨੂੰ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਸ਼ਾਮਲ ਕਰਨ ਲਈ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅਪੀਲ ਕੀਤੀ ਹੈ। ਨਵੀਂ ਦਿੱਲੀ 'ਚ ਗੱਲ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਜਾਣੂ ਕਰਵਾਇਆ ਕਿ ਚੰਡੀਗੜ੍ਹ, ਮੁਹਾਲੀ ਅਤੇ ਪੰਚਕੁਲਾ ਟਰਾਈ ਸਿਟੀ ਦਾ ਹਿੱਸਾ ਹੋਣ ਕਰਕੇ ਮੁਹਾਲੀ ਸ਼ਹਿਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਦਫ਼ਤਰ ਵੀ ਇਸ ਸ਼ਹਿਰ ਵਿੱਚ ਜੇਜ਼ ਕਰਨ ਇਸ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਲਾਜ਼ਮੀ ਹੈ। ਹੋਰ ਮੁੱਦਾ ਉਠਾਉਂਦੇ ਮੁੱਖ ਮੰਤਰੀ ਨੇ ਪਹਿਲਾ ਮਾ અમૃત 1 ਦੀ ਤਰ੍ਹਾਂ અમૃત 2 ਇਸ਼ਾਰਿਆ ਸੇ ਪ੍ਰਯੋਜਨਾ ਤੈਤਵੀ ਫੰਡਾਂ ਦੇ ਉਸ ਅਨੁਪਾਤ ਨੂੰ ਬਹਾਲ ਕਰਨ ਦੀ ਅਪੀਲ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਸੂਬੇ 'ਚ ਝੋਨੇ ਦੀ ਸੁਚਾਰੂ ਢੰਗ ਨਾਲ ਬਿਜਾਈ ਨੂੰ ਯਕੀਨੀ ਬਣਾਉਣ ਵਾਸਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਸੂਬੇ 'ਚ ਝੋਨੇ ਦੀ ਬਿਜਾਈ ਪੜਾਅਵਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਸੂਬੇ 'ਚ ਕੁਝ ਹਿੱਸਿਆਂ 'ਚ ਝੋਨੇ ਦੀ ਲੋਾਈ 10 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਜਦਕਿ ਬਾਕੀ ਹਿੱਸਿਆਂ 'ਚ ਅਗਲੇ ਪੜਾਵਾਂ ਤਹਿਤ 16 19 ਤੇ 21 ਜੂਨ ਤੋਂ ਚੋਨੇ ਦੀ ਬਿਜਾਈ ਹੋ ਰਹੀ ਹੈ ਉਹਨਾਂ ਦੱਸੇ ਕਿ ਪਹਿਲੇ ਪੜਾਅ ਦੀਨ ਸਰਹਤੇ ਕੰਡਿਆਲੀ ਤਾਰ ਤੋਂ ਪਾਰ ਦੇ ਖੇਤਾਂ 'ਚ ਇਹ ਲੋਅ 10 ਜੂਨ ਤੋਂ ਸ਼ੁਰੂ ਹੋ ਗਈ ਹੈ ਤੇ ਅੱਜ ਤੋਂ ਦੂਜੇ ਪੜਾਅ ਤਹਿਤ 7 ਜ਼ਿਲ੍ਹਿਆਂ ਫਿਰੋਜ਼ਪੁਰ ਫਰੀਦਕੋਟ ਪਠਾਨਕੋਟ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਐਸਬੀਐਸ ਨਗਰ ਅਤੇ ਤਰਨਤਾਰਨ ਲਈ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਉਨ੍ਹਾਂ ਕਿਹਾ ਕਿ ਤੀਜੇ ਪੜਾਅ ਅਦীন ਰੂਪਨਗਰ ਐਸਐਸ ਨਗਰ ਕਪੂਰਥਲਾ ਲੁਧਿਆਣਾ ਪਾਜ਼ਿਲਕਾ ਬਟਿੰਡਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਚ 19 ਜੂਨ ਤੋਂ ਝੋਨੇ ਲੱਗਣਾ ਸ਼ੁਰੂ ਹੋਵੇਗਾ ਜਦਕਿ ਪਟਿਆਲਾ ਜਲੰਧਰ ਮੋਗਾ ਸ਼੍ਰੀ ਮੁਕਤਸਰ ਸਾਹਿਬ ਹੁਸ਼ਿਆਰਪੁਰ ਸੰਗਰੂਰ ਮਲੇਰ ਕੋਟਲਾ ਬਰਨਾਲਾ ਤੇ ਮਾਨਸਾ ਚ ਝੋਨੇ ਦੀ ਲੁਆਈ 21 ਜੂਨ ਤੋਂ ਸ਼ੁਰੂ ਹੋਵੇਗੀ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਲਈ ਟਰੈਂਪ 3 ਸਟੈਂਡਰਡ ਦੇ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਕਰਾਉਣ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਹੈ ਇਹ ਐਲਾਨ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਚੰਡੀਗੜ੍ਹ 'ਚ ਆਪਣੇ ਦਫ਼ਤਰ ਵਿੱਚ ਟਰੈਕਟਰ ਡੀਲਰਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਹੁਣ ਕਿਸਾਨ ਅਤੇ ਡੀਲਰ 30 ਜੂਨ ਤੱਕ ਟਰੈਂਪ 3 ਸਟੈਂਡਰਡ ਦੇ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ ਉਨ੍ਹਾਂ ਕਿਹਾ ਕਿ ਡੀਲਰ ਆਪਣੀ ਆਈਡੀ ਵਿੱਚੋਂ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦੇ ਨੇ ਤੇ ਜਿੱਥੇ ਡੀਲਰ ਆਈਡੀ ਉਪਲਬਧ ਨਹੀਂ ਹੈ ਉੱਥੇ ਆਰਟੀਏ ਜਾਂ ਐਸਡੀਐਮ ਦੀ ਆਈਡੀ ਤੋਂ ਟਰ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੇਗੀ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਟੀਪੀ ਰੈਡੀ ਅਤੇ ਮੈਂਬਰਾਂ ਨੇ ਲਾਪਾਤਰੀਆਂ ਨੂੰ ਅਨਾਜ ਦੀ ਵੰਡ ਤੇ ਲਗਾਈ ਗਈ ਕਟੌਤੀ ਰਾਸ਼ਨ ਕਾਰਡਾਂ ਨੂੰ ਸ਼ਾਮਿਲ ਕਰਨ ਜਾਂ ਹਟਾਉਣ ਲਈ ਪੋਰਟਲ ਤੇ ਰੋਕ ਅਤੇ ਰਾਸ਼ਨ ਕਾਰਡਾਂ ਦੀ ਤਸਦੀਕ ਲਈ ਸਰਵੇਖਣ ਕਰਵਾਉਣ ਸੰਬੰਧੀ ਮੁੱਦਿਆਂ ਤੇ ਚਰਚਾ ਕਰਨ ਲਈ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਚੰਡੀਗੜ੍ਹ ਜਿੱਥੇ ਅਨਾਜ ਪੰਨ ਵਿਖੇ ਹੋਈ ਮੀਟਿੰਗ ਦੌਰਾਨ ਚੇਅਰਮੈਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸੂਬੇ ਦੇ ਸਾਰੇ ਢੀਪੂਆਂ ਤੇ ਕਮਿਸ਼ਨ ਦੇ ਹੈਲਪਲਾਈਨ ਨੰਬਰਾਂ ਤੋਂ ਇਲਾਵਾ ਵੱਖ-ਵੱਖ ਅਧਿਕਾਰਾਂ ਵੈੱਬਸਾਈਟ ਸ਼ਿਕ ਦਰਸੋਂ ਦੇ ਬੈਨਰ ਲਗਾਏ ਜਾਣੇ ਚਾਹੀਦੇ ਨੇ ਅਤੇ ਬਿਹਤਰ ਸ਼ਿਕਾਇਤ ਨਿਵਾਰਣ ਦੀ ਵਿਧੀ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ ਇਸ ਮੌਕੇ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ई-ਪੋਜ਼ ਅਤੇ ਤੋਲ ਮਸ਼ੀਨਾਂ ਦੀ ਖਰੀਦ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਨੇ ਟੈਂਡਰਾਂ ਨੂੰ ਅੰਤਿਮ ਰੂਪ ਦੇਣ ਉਪਰੰਤ ਹਰੇਕ ਡੀਪੂ 홀ਡਰ ਨੂੰ ई-ਪੋਜ਼ ਅਤੇ ਤੋਲ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਭਾਰਤੀ ਚੋਣ ਕਮਿਸ਼ਨ ਦੀ ਇੱਕ ਟੀਮ ਰਾਜਸਥਾਨ ਵਿਧਾਨ ਸਭਾ ਦੀਆਂ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ 2 ਦਿਨਾਂ ਦੌਰਾਨ ਤੇ ਜੈਪੁਰ ਵਿੱਚ ਟੀਮ ਨੇ ਪੁਲਿਸ ਸੁਪਰੀਡੈਂਟਾਂ ਤੇ ਪੁਲਿਸ ਕਲੈਕਟਰਸ ਨਾਲ ਮੀਟਿੰਗ ਕੀਤੀ। ਇਸ ਮੀਟਿੰਗ 'ਚ ਰੇਗ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਚੋਣਾਂ ਲਈ ਕੀਤੀਆਂ ਗਈਆਂ ਤਿਆਰੀਆਂ ਦੀ ਪੇਸ਼ਕਾਰੀ ਕੀਤੀ ਗਈ ਜਿਸ 'ਚ VOTING ਪ੍ਰਤੀਸ਼ਤ ਨੂੰ ਵਧਾਉਣ ਅਤੇ ਸੁਰੱਖਿਆ ਪ੍ਰਬੰਧਾਂ ਦੀ ਪਹਿਲ ਕਰਮੀਆਂ ਨੂੰ ਦਰਸਾਇਆ ਗਿਆ। ਕਮਿਸ਼ਨ ਦੀ ਟੀਮ ਵੱਖ-ਵੱਖ ਵਿਭਾਗਾਂ ਤੇ ਏਜੰਸੀਆਂ ਦੇ ਅਧਿਕਾਰੀਆਂ ਨਾਲ ਅੱਜ ਵੀ ਮੀਟਿੰਗ ਕਰੇਗੀ। ਕ੍ਰਿਕਟ ਸਭ ਤੋਂ ਪੁਰਾਣੀ ਕ੍ਰਿਕਟ ਲੜੀ ਐਸ਼ਜ਼ ਦਾ ਆਗਾਜ਼ ਅੱਜ ਤੋਂ ਲੰਡਨ ਦੇ ਬਰਮਿੰਗਮ ਵਿੱਚ ਹੋ ਰਿਹਾ ਹੈ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਗਮ 'ਚ ਖੇੜਿਆ ਜਾਵੇਗਾ ਜਦਕਿ ਦੂਜਾ ਮੈਚ ਲੰਡਨ ਦੇ ਲੋਰਡਸ ਤੇ ਤੀਜਾ ਟੈਸਟ ਲੀਡਸ ਵਿੱਚ ਅਤੇ ਚੌਥਾ ਮੈਂਚੈਸਟਰ ਵਿੱਚ ਖੇਡਿਆ ਜਾਵੇਗਾ ਲੜੀ ਦਾ ਪੰਜਵਾਂ ਤੇ ਆਖਰੀ ਮੈਚ 27 ਜੁਲਾਈ ਤੋਂ 31 ਜੁਲਾਈ ਤੱਕ ਲੰਡਨ ਦੇ ਓਵਲ ਸਟੇਡੀਅਮ 'ਚ ਹੋਵੇਗਾ ਜਿਸ ਕਰ ਯੋਗ ਹੈ ਕਿ ਕ੍ਰਿਕਟ ਲੜੀ ਸਭ ਤੋਂ ਪੁਰਾਣੀ ਹੈ ਤੇ ਇਸ ਦੀ ਸ਼ੁਰੂਆਤ 1882 ਵਿੱਚ ਹੋਈ ਸੀ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਇਹਨਾਂ DD ਕੇ ਜਲੰਧਰ ਤੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਬੁਲੇਟਿਨ ਦੇ ਅਖੀਰ ਵਿੱਚ ਛੋਟੀਆਂ ਖਬਰਾਂ ਇੱਕ ਵਾਰ ਫੇਰ ਦੂੰ ਮੌਸਮ ਵਿੱਚ ਪਾਗਣੀ ਚੱਕਰਬਤੀ ਬਿਪੜਜਾਇ ਤੂਫਾਨ ਕਾਰਨ ਰਾਜਸਥਾਨ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਪਾਰੀ بارش ਦੀ ਚੇਤਾਵਨੀ ਕੀਤੀ ਜਾ ਰਹੀ ਗੁਜਰਾਤ ਦੇ ਤੂਫਾਨ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਸ਼ੁਰੂ ਖੇਤੀਬਾੜੀ ਦੇ ਕਿਸਾਨ ਪਾਈ ਮੰਤਰੀ ਨਰਿੰਦਰ ਸਿੰਘ ਤੋਮਣ ਨੇ G20 ਦੇਸ਼ਾਂ ਨੂੰ ਖੇਤੀਬਾੜੀ ਖੇਤਰ ਦੀਆਂ ਚੁਣੌਤੀਆਂ ਦਾ ਹੱਲ ਮਿਲ ਕੇ ਲੱਭਣ ਦਾ ਦਿੱਤਾ ਸੰਦੇਸ਼ ਪੰਜਾਬ ਦੇ 7 ਜ਼ਿਲ੍ਹਿਆਂ 'ਚ ਚੋਣਾਂ ਦੀ ਲੁਆਈ ਅੱਜ ਤੋਂ ਸ਼ੁਰੂ ਸਭ ਤੋਂ ਪੁਰਾਣੀ ਕ੍ਰਿਕਟ ਲੜੀ ਹੈ ਸ਼ਸਦਾ ਆਗਾਜ਼ ਅੱਜ ਤੋਂ ਬਰਮਿੰਗਮ ਵਿੱਚ ਇਸ ਦਿਨ ਆਲੀ ਖਬਰਾਂ ਦਾ ਬਲੂਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ